ਬਾਲਰ ਹੈਂਡ ਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਹੀ ਰਾ ਸੁਲਤਾਨ ਤਨ ਰਾਜਾ ਸਾਹਿਬ ਦੀ ਸਪੋਰਟਸ ਕਲੱਬ ਯੂਐਸਏ ਆਸਟ੍ਰੇਲੀਆ ਵੱਲੋਂ ਪਹਿਲਾ ਸ਼ਾਨਦਾਰ ਖੇਡ ਮੇਲਾ ਮੁੱਦਾ ਨਕੋਦਰ ਦੀ ਧਰਤੀ ਜ਼ਿਲ੍ਹਾ ਜਲੰਧਰ ਤੇ ਡਾਲਰਾਂ ਵਾਲਾ ਮੇਲਾ ਸੋ ਤੁਸੀਂ ਦੇਖ ਸਕਦੇ ਹੋ ਅੱਜ ਦੇ ਖੇਡ ਮੇਲੇ ਦੇ ਉੱਪਰ ਸਾਡੇ ਦਰਸ਼ਕ ਵੀਰ ਆਨੰਦ ਮਾਣ ਰਹੇ ਆ ਵਾਹ ਭਾਈ ਵਾਹ ਵੱਡੀ ਸਾਰੀ ਐਲਈਡੀ ਲੱਗੀ ਹੈ ਕੁਲਦੀਪ ਭਾਜੀ ਕਹਿ ਸਕਦੇ ਯੂਐਸਏ ਵਾਲੇ ਟਰਾਂਸਪੋਰਟੀ ਮੇਰੀ ਵੀਰੋ ਵੱਡਾ ਕਹਿ ਸਕਦੇ ਮੇਲਾ ਇਹਦਾ ਖੇਡਿਆ ਜਾ ਰਿਹਾ ਵੱਡੀ ਕਹਿ ਸਕਦੇ ਬਜਟ ਦਾ ਮੇਲਾ ਡਾਲਰਾਂ ਦਾ ਮੇਲਾ ਖੇਡਿਆ ਜਾ ਰਿਹਾ ਵੱਡੇ ਮੇਲੇ ਦੀ ਸ਼ੁਰੂਆਤ ਹੈ ਖੇਡ ਦੇ ਮੈਦਾਨ ਵਿੱਚ ਲਓ ਜੀ ਇਧਰਲੇ ਪਾਸੇ ਗੋਪੀ ਸਰਪੰਚ ਹੋਰ ਗੋਪੀ ਵੀਰੇ ਕਹਿਵੋ ਬਹੁਤ ਵਧੀਆ ਵੀਰੇ ਇੰਨੀ ਦੁਨੀਆ ਪਹੁੰਚ ਗਈ ਸਾਜਰੇ ਕਿਵੇਂ ਲੱਗ ਰਿਹਾ ਮੈਚ ਵੀ ਵਧੀਆ ਹੋ ਰਿਹਾ ਲੱਗ ਨਹੀਂ ਰਿਹਾ ਸੀ ਇੰਨੀ ਦੁਨੀਆ ਪਹੁੰਚੂਗੀ ਪਰ ਧੰਨਵਾਦ ਆ ਜਿਹੜੇ ਪਹੁੰਚੇ ਆਪਣੇ ਜਿੰਨੇ ਵੀ ਭਰਾ ਟੀਮਾਂ ਤੁਸੀਂ ਵੀ ਸਾਰੇ ਕਮੈਂਟੇਟਰਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਜਿਹੜੇ ਸਾਡੇ ਨਗਰ ਦੇ ਵਿੱਚ ਪਹੁੰਚੇ ਆ ਸਾਡੇ ਐਨਆਰਆਈ ਵੀਰ ਬਲਜੀਤ ਸੰਘੇ ਹੋਣੀ ਬਲਜੀਤ ਸੰਘ ਆਪਣੇ ਕੁਲਦੀਪ ਸੰਧੂ ਭਰਾ ਆ ਆਪਣਾ ਸਕਾਰਪੀਓ ਟਰਾਂਸਪੋਰਟ ਵਾਲਾ ਬਾਈ ਆਪਣਾ ਅਮਨ ਹੁੰਦਲ ਹੋ ਗਿਆ ਹੁੰਦਲ ਯੂਐਸਏ ਵੀ ਬਾਈ ਟਰੱਕ ਚਲਾਉਂਦਾ ਆ ਹਾਂਜੀ ਤੇ ਬਹੁਤ ਸਪੋਰਟ ਆ ਇਹਨਾਂ ਦੀ ਤੇ ਆਪਣੇ ਰਾਜੂ ਭਾਜੀ ਸੁਖਰਾਜ ਸਿੰਘ ਸੰਘੇੜਾ ਪਹਿਲਾ ਕੱਪ ਕਰਾ ਰਹੇ ਹੋ ਪਿੰਡ ਚ ਪਹਿਲਾ ਕੱਪ ਵੱਡਾ ਪਹਿਲਾ ਕੱਪ ਕਰਾ ਰਿਹਾ ਪਹਿਲਾ ਛੋਟਾ ਟੂਰਨਾਮੈਂਟ ਹੁੰਦਾ ਸੀਗਾ ਬਾਈ ਓਕੇ ਚਲੋ ਨੀਂਹ ਪੱਥਰ ਰੱਖ ਦਿੱਤਾ ਹੁਣ ਇਹ ਪ੍ਰਾਲਾ ਕੀਤਾ ਜੀ ਹੁਣ ਸਾਰਿਆਂ ਨੇ ਸਾਰੇ ਭਰਾਵਾਂ ਨੇ ਰਲ ਕੇ ਐਨਆਰਆਈ ਭਰਾਵਾਂ ਹੁਣ ਆਉਣ ਵਾਲੇ ਹਰੇਕ ਸਾਲ ਦੇ ਵਿੱਚ ਟੂਰਨਾਮੈਂਟ ਵੇਖਣ ਨੂੰ ਮਿਲਣਗੇ ਜਦੋਂ ਵੀ ਕਰਾਵਾਂਗੇ ਹਰੇਕ ਵਾਰ ਕੁਝ ਨਾ ਕੁਝ ਵੱਡਾ ਹੀ ਕਰਾਵਾਂਗੇ ਤੋਂ ਵੱਧ ਕੇ ਹੀ ਕਰਾਵਾਂਗੇ ਚਲੋ ਵਾਹਿਗੁਰੂ ਮਿਹਰ ਕਰੇ ਸਾਰੇ ਹਾਂਜੀ ਹਾਂ ਸਾਰੇ ਭਰਾਵਾਂ ਤੇ ਐਨਆਰਆਈ ਵੀਰਾਂ ਤੇ ਸੋਏ ਆ ਜੀ ਗੋਪੀ ਬਾਈ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਵੀ ਸਾਡੇ ਭਰਾ ਹਾਨੀ ਨਿਬੜ ਗਏ ਇਧਰੋਂ ਇਧਰ ਸ਼ੁਰੂ ਕਰਾ ਲਈਏ ਫਿਰ ਹੋਰ ਬਾਈ ਜੀ ਪਈ ਗਿਆ ਲੈ ਜੀ ਰਾਜਾ ਹੀਰਾ ਧੰਨਵਾਦ ਕਿਵੇਂ ਲੱਗ ਰਿਹਾ ਅੱਜ ਦਾ ਖੇਡ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਹਮਣੇ ਵੱਡੇ ਮੈਦਾਨ ਵਿੱਚ ਯਾਰ ਪੂਰਾ ਮਜ਼ਾ ਆ ਰਿਹਾ ਜੀ ਪੂਰਾ ਜਿਹੜੀ ਹੋੜ ਜਾ ਰਹੀ ਹੈ ਮੇਰੀ ਜੀ ਡਾਲਰਾਂ ਵਾਲਾ ਮੇਲਾ ਬਹੁਤ ਵੱਡਾ ਧੰਨਵਾਦ ਯੂਐਸਏ ਦੇ ਭਰਾਵਾਂ ਦਾ ਸੁਨੀਲ ਕਾਲੇ ਕੈਨੇਡਾ ਦੇ ਬੜੇ ਵੱਡੇ ਸਹਿਯੋਗ ਪਿੱਟਦੇ ਕੀਤੇ ਹੈ ਅਮਰ ਸਿੰਘ ਜੀ ਥੋੜੀ ਤੋਂ ਬਾਹਰ ਯੂਐਸਏ ਸਾਈਡ ਆ ਇਧਰਲੇ ਪਾਸੇ ਭਰਾ ਸਾਡੇ ਦੇਖ ਸਕਦੇ ਹੋ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਤੀਰਥ ਸੰਘੇੜਾ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਹੇਅਰ ਦਿੱਲੀ ਕਿਸਾਨ ਯੂਨੀਅਨ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਭਾਜੀ ਯੂਐਸਏ ਵਾਲੇ ਜੋ ਕਿ ਦਿੱਲੀ ਅੰਦੋਲਨ ਦੇ ਵਿੱਚ ਬਹੁਤ ਸੇਵਾ ਕੀਤੀ ਹੈ ਮੇਜ ਦੇ ਉੱਪਰ ਸੋ ਤੁਸੀਂ ਦੇਖ ਸਕਦੇ ਹੋ ਸਰਦਾਰ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਡਾਲਰ ਸੀ ਤੇ $700 ਜਿਹੜਾ ਕਰ ਰਿਹਾ ਆਸਟ੍ਰੇਲੀਆ ਵਾਲਾ ਸੁਨਾਲ ਤੇ ਨਾਲ ਪਹਿਲਾ ਪ੍ਰਾਈਜ਼ ਜਿਹੜਾ ਆਪਣਾ $800 ਇਧਰਲੇ ਪਾਸੇ ਗੋਪੀ ਮੰਡ ਗੋਪੀ ਵੀਰੇ ਕਿਵੇਂ ਲੱਗ ਰਿਹਾ ਅੱਜ ਦਾ ਟੂਰਨਾਮੈਂਟ ਪੂਰਾ ਘੈਂਟ ਕੰਮ ਪੂਰਾ ਘੈਂਟ ਯੂਐਸਏ ਦੇ ਪ੍ਰਬੰਧ ਵਧੀਆ ਪੂਰੇ ਅਮਰ ਸਿੰਘ ਜੀ ਮੈਂ ਇੱਥੇ ਖੇਡ ਕੇ ਵਧੀਆ ਲੱਗਦਾ ਕਾਲੀ ਬਾਲ ਨਾਲ ਵੱਡੇ ਸਿਓਗ ਪਾਦੇ ਕੀਤੇ ਆ ਘੱਟ ਖੇਡੀਦਾ ਪਰ ਵਧੀਆ ਸਤਿਕਾਰ ਦੇ ਉਹਨੇ ਮੇਰੀ ਵੀਰੋ ਹੁਣ ਮੈਚ ਕੀ ਦੇਣਾ ਯਾਰਾਂ ਦਾ ਯਾਰ ਹੁਣ ਤਾਂ ਸੈਮੀ ਦੀਆਂ ਟਾਈਆਂ ਪੈਣਗੀਆਂ ਸੈਮੀ ਤੇ ਪਹੁੰਚੇ ਜਿੱਤ ਕੇ ਨਾ ਪਹਿਲਾ ਮੈਚ ਹਰਿੰਦਰ ਸਵਰਾ ਬਾਕੀ ਕੀ ਬਣਦਾ ਇੱਧਰ ਭਰਾ ਸਾਡੇ ਚਾਹ ਦਾ ਆਨੰਦ ਮਾਣਦੇ ਹੋਏ ਸਵੇਟਰ ਵਾਲੇ ਭਰਾ ਕਹਿੰਦੇ ਆ ਜੀ ਆਪਣਾ ਜੁੜੇ ਹੋਏ ਨੇ ਦੋਨਾਂ ਨਾਲ ਵੀ ਸਵੇਟ ਢੰਡਾਰੀ ਵਾਲੇ ਆ ਜੀ ਔਰ ਇੱਕ ਬੰਦਾ ਖੇਡਣਾ 6 ਬੰਦੇ ਨਾਲ ਆਇਆ ਹਣਾ ਟੁੱਟੀਏ ਮੇਰੀ ਵੀਰੋ ਇਹਨਾਂ ਨੇ ਬੜਾ ਵੱਡਾ ਸਿਓ ਪਾਇਦਾ ਕੀਤਾ ਸਪੋਰਟ ਕਰਨ ਆਇਆ ਹੇਵਰਾਜ ਲੁਧਿਆਣੇ ਵਾਲਾ ਖੇਡਦਾ ਹੀ ਭਰਾ ਦੇ ਨਾਲ ਹੀ ਹੁੰਦੇ ਆ ਪਰ ਜੇ ਜਿੱਤ ਕੇ ਪੈਸੇ ਬਰਾਬਰ ਵੰਡਣੇ ਆ ਛੇ ਅੱਜ ਇਹ ਗੱਲ ਆ ਇਹਨਾਂ ਦਾ ਰੂਲ ਆ ਕਹਿੰਦੇ ਸੰਤੋਖਪੁਰ ਵਾਲੇ ਸੰਤੋਖਪੁਰ ਦੀ ਟੀਮ ਬੈਠੀ ਆ ਲਓ ਜੀ ਪੰਜਾਬ ਸਪੋਰਟਸ ਲਾਈਵ ਸਰਜੀਤ ਸੰਧੂ ਦਾ ਲਾਈਵ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਸਾਈਡ ਆ ਬਾਈ ਦੇ ਵੱਡਾ ਕਹਿੰਦੇ ਸਿਸਟਮ ਤਿਆਰ ਕਰਾਇਆ ਹੁਣ ਹੋਰ ਐਚਡੀ ਲਾਈਵ ਚੱਲਿਆ ਕਰਨਗੇ ਇਧਰ ਬਾਈ ਜੀ ਹੁਣੀ ਕੈਮਰਾਮੈਨ ਸਾਡੇ ਬਹੁਤ ਹੀ ਸਤਿਕਾਰਯੋਗ ਆ ਰਹੇ ਬਾਈ ਹੋਰ ਬਾਈ ਕੈਮ ਹੋ ਸਾਗਰ ਹੋ ਲੰਗਰ ਤੜਕੇ ਭੁੱਖ ਲੱਗੀ ਕੀ ਚੱਕਰ ਹਾਂਜੀ ਤੜਕੇ ਭੁੱਖ ਲੱਗੀ ਕੀ ਚੱਕਰ ਨਹੀਂ ਸਵਾਲ ਹੀ ਖਾਣੀ ਬਾਈ ਹਾਂ ਮਿਹਨਤ ਆ ਬਾਈ ਦੇਖੋ ਨਹੀਂ ਸੀ ਮੈਂ ਲੰਗਰ ਸਾਗਰ ਹੈ ਭਰਾ ਸਾਡੇ ਦੁਨੀਆ ਕਹਿੰਦੇ ਹੈਰੀ ਦੇ ਨਾਂ ਨਾਲ ਜਾਣਦੀ ਹੈ ਸੋ ਇਧਰਲੇ ਪਾਸੇ ਸਾਡੇ ਦਰਸ਼ਕ ਵੀਰ ਮੈਚਾਂ ਦਾ ਆਨੰਦ ਮਾਣਦੇ ਹੋਏ ਕੀ ਬਾਤ ਆ ਜੀ ਕੰਮ ਕਰ ਛੱਡ ਕੇ ਆ ਗਿਆ ਬਾਈ ਕਹਿੰਦੇ ਅੱਜ ਨਹੀਂ ਜਾਣਾ ਸੀ ਕਿਤੇ ਵੀ ਅੱਜ ਮੈਚ ਦੇਖਾਂਗੇ ਸਵਾਦ ਆ ਜੀ ਖੇਡ ਕਰਕੇ ਲਓ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਹੇਮਰਾਜ ਲੁਧਿਆਣੇ ਵਾਲਾ ਸਾਡਾ ਭਰਾ ਹੋਰ ਹੇਮਰਾਜ ਵੀਰੇ ਕਿਵੇਂ ਹੋ ਕਿਵੇਂ ਲੱਗ ਰਿਹਾ ਟੂਰਨਾਮੈਂਟ 6 ਛੱਕੇ 7 ਛੱਕੇ ਲਗਾਤਾਰ ਮਾਰ ਦਿੰਦੇ ਹੋ ਕਾਲੀ ਬਾਲ ਨਾਲ ਕਿਤੇ ਸੌਖਾ ਲੱਗਦਾ ਖੇਡਣਾ ਮੈਂ ਤਾਂ ਪਹਿਲੀ ਵਾਰੀ ਖੇਡਿਆ ਕਾਲੀ ਬਾਲ ਪਹਿਲੀ ਵਾਰ ਖੇਡੇ ਹੋ ਤਾਂ ਵੀ 6 ਛੱਕੇ ਲਗਾਤਾਰ ਮਾਰੀ ਜਾਂਦੇ ਹੋ ਕਿਵੇਂ ਵਧੀਆ ਲੱਗ ਰਿਹਾ ਕਿ ਮਤਲਬ ਔਖਾ ਲੱਗਦਾ ਨਹੀਂ ਵੀਰੇ ਇੱਕਦਾਂ ਮਾਰ ਕੇ ਫਿਰ ਬਾਅਦ ਚ ਫਿਰ ਉਹ ਜਿੱਦਾਂ ਖੇਡਦੇ ਹੁੰਦਾ ਖੇਡੀਏ ਓਕੇ ਓਕੇ ਟੂਰਨਾਮੈਂਟ ਦੇ ਪ੍ਰਬੰਧ ਕਿਵੇਂ ਆ ਵਧੀਆ ਵੀਰੇ ਵਧੀਆ ਵਧੀਆ ਪੂਰੇ ਡਾਲਰਾਂ ਵਾਲਾ ਮੇਲਾ 6 ਬੰਦੇ ਕਿਉਂ ਆਉਂਦੇ ਆ ਢੰਡਾਰੀ ਦੇ ਨਾਲ ਆ ਜਾਂਦੇ ਨਾਲ ਜਦੋਂ ਨਾਮ ਜਿੱਤਦੇ ਫਿਰ ਅੱਧੇ ਅੱਧੇ ਲਾਈਵ ਕਰਦੇ ਆ ਸਾਡੇ ਭਰਾ ਦੇਖੋ
गोपी सरपंच यार सारे भरावां वालों चंगा मोटरसाइकिल प्यार करदे ताली मार दो जो किसी खिडारी की खेड का मुल पैंदा भाई बहुत वधिया लगदा साडियां सारियां सारे भरावां दा बहुत वड्डा धन्नवाद है जी बहुत धन्नवाद सारी कमेटी का सुखा बागड़ी भाई लंगर आ चुका जी किन्ने बजे दो तीन बजे लंगर पहुंच चुका साडे दरम्यान सो एक बार फिर तो उन्होंने स्टेज दिखा दिए बहुत ही सत्कार योग सो इधरले पासे यूएसए वाले मेन स्पॉन्सर इस टूरनामेंट के यूएसए वाले वीर का बहुत बहुत धन्यवाद करते हैं होर भाई जी ठीक ठाक हो किवें लग रहा जी टूरनामेंट पूरे नजारे आ हुण दोबारा वापस जाण दा जी नहीं करना यूएसए अच्छा हां जनवरी जनवरी जाओगे है ना सो पिंड दे विच किन्ना वधिया लगदा जी आके फुल नजारे सो भाई जी ने पूरी रौनक लाई हुई है टूरनामेंट ते तुसीं देख सकदे हो ਮੁੱਦਾਂ ਦਾ ਕੱਪ ਬਿੱਲਾ ਨਗਰ ਵਾਲਾ ਉਹ ਨਗਰ ਵਾਲਿਆ ਕਹਿ ਵਾ ਸ਼ਰਾ ਯੂਐਸਏ ਵਾਲਾ ਡਾਲਰ ਵਾਲਾ ਹੈ ਯੂਐਸਏ ਵਾਲਾ ਡਾਲਰ ਹਾਂ ਡਾਲਰ ਵਾਲਾ ਸੰਧੂ ਸੀਗਾ ਇਹ ਹੁਣੇ ਯੂਐਸਏ ਡਾਲਰ ਵਾਲਾ ਹਾਂ ਵਧੀਆ ਟੂਰਨਾਮੈਂਟ ਆ ਵਧੀਆ ਟੂਰਨਾਮੈਂਟ ਆ ਨਹੀਂ ਪੰਜ ਉਹ ਦੱਸਿਆ ਲਓ ਜੀ ਇੱਧਰ ਸਾਡੇ ਭਰਾ ਅੱਜ ਦੇ ਖੇਡ ਮੇਲੇ ਦੇ ਉੱਪਰ ਪਹੁੰਚਦੇ ਜਾ ਰਹੇ ਆ ਸੋ ਬਹੁਤ ਵੱਡੀ ਸਪੋਰਟ ਆ ਭਰਾਵਾਂ ਦੀ ਟੂਰਨਾਮੈਂਟ ਦੇ ਵਿੱਚ ਬਲਜੀਤ ਸੰਘਾ ਦੇ ਭਰਾ ਸਾਡੇ ਵੀਰ ਦੇਖ ਸਕਦੇ ਤੁਸੀਂ ਜਿੰਨੇ ਵੀ ਭਰਾ ਆਏ ਆ ਪਿਆਰ ਆ ਪ੍ਰਬੰਧਕਾਂ ਦੇ ਨਾਲ ਯਾਰਾਂ ਦੋਸਤਾਂ ਦੇ ਸਿਰਾਂ ਦੇ ਉੱਪਰ ਖੇਡ ਮਿਲ ਲਓ ਜੀ ਸਾਡੇ ਦਰਮਿਆਨ ਕਾਕਾ ਨੰਗਲ ਤੁਸੀਂ ਦੇਖ ਸਕਦੇ ਹੋ ਕਾਕੇ ਵੀਰੇ ਕਿਵੇਂ ਲੱਗ ਰਿਹਾ ਟੂਰਨਾਮੈਂਟ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਟੂਰਨਾਮੈਂਟ ਹੈ ਜੀ ਹਾਂ ਬਹੁਤ ਵਧੀਆ ਪ੍ਰਬੰਧ ਕਿਵੇਂ ਆ ਬਹੁਤ ਵਧੀਆ ਪ੍ਰਬੰਧ ਸਾਡੇ ਏਰੀਆ ਦੇ ਮਜ਼ਾ ਆ ਰਿਹਾ ਕਾਲੀ ਬੋਲ ਨਾਲ ਖੇਡ ਕੇ ਹਾਂਜੀ ਹਾਂਜੀ ਖੇਡਦੇ ਆ ਜੀ ਬਹੁਤ ਟਾਈਮ ਤੋਂ ਕਾਲੀ ਬੋਲ ਨਾਲ ਵਧੀਆ ਟੂਰਨਾਮੈਂਟ ਕੀ ਲੱਗਦਾ ਹੁਣ ਸੈਮੀ ਫਾਈਨਲ ਮੈਚ ਸਟਾਰਟ ਹੋਣ ਲੱਗਿਆ ਕਿੱਦਾਂ ਦੀ ਵਿਉਂਤ ਬਿੰਦੀ ਬਣਾਈ ਆ ਵਧੀਆ ਕੋ ਡਿਸੀਜਨ ਸਾਨੂੰ ਥੋੜਾ ਜਿਹਾ ਚੇਜ਼ ਕਰਨ ਦਾ ਮਿਲ ਗਿਆ ਖੇਡਾਂਗੇ ਵਧੀਆ ਤਕੜੇ ਹੋ ਕੇ ਪੂਰੇ ਵਿੱਚ ਚੰਗੇ ਮੁੰਡੇ ਹੈਗੇ ਲੋਕਲ ਆਪਣੇ ਠੀਕ ਹੈ ਠੀਕ ਹੈ ਸੋ ਇਹ ਆ ਜੀ ਕਾਕਾ ਨੰਗਲ ਸੋ ਬਾਈ ਕਹਿੰਦਾ ਪੂਰਾ ਨਜ਼ਾਰਾ ਇੱਥੇ ਖੇਡ ਮੇਲੇ ਦਾ ਸੋ ਇੱਧਰ ਭਰਾ ਸਾਡਾ ਲਓ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਦੀਪਕ ਜੰਡਿਆਲੇ ਵਾਲਾ ਭਰਾ ਸਾਡਾ ਹੋਰ ਦੀਪਕ ਵੀਰੇ ਕਿਵੇਂ ਹੋ ਕਿਵੇਂ ਲੱਗ ਰਿਹਾ ਟੂਰਨਾਮੈਂਟ ਅੱਜ ਦਾ ਬਹੁਤ ਵਧੀਆ ਬਾਈ ਟੂਰਨਾਮੈਂਟ ਬਹੁਤ ਵਧੀਆ ਪ੍ਰਬੰਧ ਹੈ ਟੂਰਨਾਮੈਂਟ ਦਾ ਕਮੇਟੀ ਆਪ ਵੀ ਨਹੀਂ ਖੇਡ ਰਹੀ ਟੂਰਨਾਮੈਂਟ ਦੇ ਵਿੱਚ ਤੇ ਮੇਰੇ ਪਾਸ ਟੂਰਨਾਮੈਂਟ ਕਰਾ ਰਿਹਾ ਹੈ ਇਹ ਤੱਕ ਬਹੁਤ ਵਧੀਆ ਟੂਰਨਾਮੈਂਟ ਪੂਰਾ ਵਧੀਆ ਲੱਗ ਰਿਹਾ ਮਾਹੌਲ ਇੱਥੋਂ ਦਾ ਜਿਵੇਂ ਲੋਕ ਬੈਠੇ ਆਲੇ ਦਾਲੇ ਲੋਕ ਵੀ ਬਹੁਤ ਸਪੋਰਟ ਕਰ ਰਹੇ ਆ ਸਾਰੇ ਜਿਵੇਂ ਕਿ ਆਪਾਂ ਕਿਤੇ ਦੂਜੇ ਪਿੰਡ ਜਾਂਦੇ ਕੋਈ ਬੁਲਾਉਂਦਾ ਜੀ ਉਹਨਾਂ ਵੀ ਸਾਰੇ ਸਪੋਰਟ ਕਰਦੇ ਆ ਕੇ ਆਪਾਂ ਨੂੰ ਸਾਰੇ ਕਹਿੰਦੇ ਆ ਆਲ ਦਾ ਵੇ ਸਾਰੇ ਮਤਲਬ ਸਪੋਰਟ ਕਰਦੇ ਆ ਕੀ ਵਿਉਂਤ ਬਿੰਦੀ ਬਣਾ ਕੇ ਆਏ ਹੋ ਸੈਮੀ ਫਾਈਨਲ ਮੈਚ ਕਾਫੀ ਟਫ ਆ ਕਾਕਾ ਸ਼ੇਪੂਰੀ ਬੋਲ ਕਰੂਗਾ ਕਿਵੇਂ ਖੇਡੋਗੇ ਉਸ ਨੂੰ ਬਸ ਇਹ ਹੈ ਕਿ ਕਾਕੇ ਭਾਈ ਦਾ ਓਵਰ ਟੈਕਲ ਕਰਾਂਗੇ ਜੇ ਕਾਕੇ ਭਾਈ ਦੇ ਓਵਰ ਰਨ ਆ ਗਏ ਤਾਂ ਫਿਰ ਆਪਾਂ ਨੂੰ ਟੀਮ ਨੂੰ ਜ਼ਿਆਦਾ ਜ਼ਿਆਦਾ ਫਾਇਦਾ ਹੀ ਹੋਊਗਾ ਕਿਉਂਕਿ ਬਾਅਦ 'ਚ ਬੋਲਿੰਗ ਵਾਲਾ ਜੇ ਮੇਨ ਬੋਲ 'ਤੇ ਰਨ ਲੱਗ ਗਏ ਤਾਂ ਦੂਜੇ ਪਿੰਡ ਵਾਲਿਆਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਰਨ ਮਾਨੇ ਇਹ ਵੀ ਹੋ ਜਾਂਦੇ ਆ ਹਾਂ ਸੋ ਇਹ ਹੈ ਜੀ ਸਾਡਾ ਭਰਾ ਜੰਡਿਆਲੇ ਵਾਲਾ ਸੋ ਆਲ ਦਾ ਬੈਸਟ ਵੀਰੇ ਸੋ ਬਾਹਲਾ ਦਾ ਲਓ ਜੀ ਇੱਧਰ ਸਾਡੇ ਦਰਮਿਆਨ ਮਰਾੜੂ ਪਿੰਡ ਦਾ ਜੋਣਾ ਦੀਪਾ ਜੱਟ ਮਲੋ ਵਾਲਾ ਸਨੀ ਮਲੋ ਸੋ ਲੈ ਵੀ ਜੋਣੇ ਵੀਰੇ ਮੁੱਦਾਂ ਦੇ ਕੱਪ ਤੇ ਆਏ ਹੋ ਕਿਵੇਂ ਲੱਗ ਰਿਹਾ ਅੱਜ ਟੂਰਨਾਮੈਂਟ ਬਹੁਤ ਵਧੀਆ ਕੱਪ ਕਰਾ ਰਹੇ ਨੇ ਬਾਈ ਯਾਰ ਵਧੀਆ ਪੈਸੇ ਲਾ ਰਹੇ ਨੇ ਵਧੀਆ ਰੀਮੈਂਟ ਵੀ ਪੂਰਾ ਵਧੀਆ ਬਣਿਆ ਤੇ ਲੋਕ ਕਿੰਨਾ ਕੁ ਇੰਜੋਏ ਕਰ ਰਹੇ ਆ ਪੂਰਾ ਵਧੀਆ ਮਾਹੌਲ ਆ ਵੀਰੇ ਬਣਿਆ ਬਾਕੀ ਹਲੇ ਬਣਦਾ ਜਾ ਰਿਹਾ ਹਾਂ ਟਾਈਮ ਬਹੁਤ ਪਿਆ ਸੈਮੀ ਛੇਤੀ ਸ਼ੁਰੂ ਹੋ ਗਈ ਬਿਲਕੁਲ ਤੇ ਆਪਣੇ ਸੈਮੀ ਫਾਈਨਲ ਦੂਜਾ ਤੁਹਾਡਾ ਦੂਜਾ ਸੈਮੀ ਫਾਈਨਲ ਮੈਚ ਆ ਕੀ ਵਿਉਂਤ ਬਿੰਦੀ ਬਣਾ ਰਹੇ ਹੋ ਕਿਸ ਤਰੀਕੇ ਨਾਲ ਖੇਡੋਗੇ ਬਸ ਬਈ ਵਧੀਆ ਖੇਡਾਂਗੇ ਜਿੱਤਣ ਲਈ ਖੇਡਾਂਗੇ ਠੀਕ ਆ ਜਾਣਾ ਖਤਰਾ ਕਿਸ ਤੋਂ ਆ ਟੀਮ ਦੇ ਵਿੱਚ ਖਤਰਾ ਖਤਰਾ ਕਿਸੇ ਤੋਂ ਨਹੀਂ ਇਹਨੇ ਖੇਡਣਾ ਤੇ ਉਹੀ ਜਿਹੜਾ ਵਧੀਆ ਖੇਡੂ ਉਹ ਜਿੱਤ ਜੂ ਵਾਹ 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 ਠੀਕ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਟੂਰਨਾਮੈਂਟ ਕਿਵੇਂ ਆ ਠੀਕ ਆ ਐਨ ਵਧੀਆ ਮੇਰੇ ਕੋਲ ਭਾਈ ਅੱਖਾਂ ਕਦੇ ਠੀਕ ਆ ਓਕੇ ਜੀ ਓਕੇ
ਲਓ ਜੀ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਧਰਮਕੋਟ ਵਾਲੇ ਮੁੰਡੇ ਹੋਰ ਕਿਵੇਂ ਮੋਗਲੀ ਜੀ ਬਾ ਵਧੀਆ ਜੀ ਹੋਰ ਕਿਵੇਂ ਲੱਗ ਰਿਹਾ ਮੁੱਦਾਂ ਦਾ ਕੱਪ ਮੈਂ ਆਗਾ ਨਿਆਰਾ ਨਿਆਰਾ ਸਿਰਾ ਸਿਰਾ ਮਾਰਾ ਹੈ ਸਿਰਾ ਸਿਰਾ ਮਾਹੌਲ ਮੋਗਲੀ ਦੇ ਐਕਸ਼ਨ ਇਹ ਧਰਮਕੋਟ ਦੀ ਸਾਰੀ ਟੀਮ ਤੁਸੀਂ ਦੇਖ ਸਕਦੇ ਹੋ ਮਿਹਨਤ ਕਰ ਰਹੇ ਮੁੰਡੇ ਸਾਰੀ ਤਾਂ ਵੀ ਅੱਧੀ ਹੈ ਸਾਰੀ ਸਾਰੀਆਂ ਟੀਮਾਂ ਮਿਹਨਤ ਕਰਦੀਆਂ ਇੱਕ ਮੋਗਲੀ ਨਹੀਂ ਮਿਹਨਤ ਕਰਦੇ ਇਹਦੇ ਕੋ ਕੈਚ ਆਇਆ ਛੱਡਤਾ ਹੋਰ ਯਾਰ ਬਹੁਤ ਤੇਜ਼ ਸੀ ਭਾਜੀ ਯਾਰ ਚੌਕਾ ਮਰਾਦਾ ਨਾਲ ਸਨਮਾਨ ਕੀਤਾ ਜਾ ਰਿਹਾ ਸਾਰੇ ਭਰਾਵਾਂ ਨੂੰ ਜੇਤੂ ਬਣੋਗੇ ਲਓ ਜੀ ਇੱਧਰ ਸਾਡਾ ਭਰਾ ਉੱਗੀ ਵਾਲਾ ਧੋਨੀ ਹੋਰ ਵੀਰੇ ਕਿਵੇਂ ਲੱਗਿਆ ਅੱਜ ਦਾ ਖੇਡ ਮੇਲਾ ਵੀਰੇ ਸਰਾ ਸਿਰਾ ਸਿਰਾ ਤੁਸੀਂ ਦੁਨੀਆ ਬਣਤੀ ਵੀਰੇ ਸਿਰਾ ਕੋਈ ਉੱਠ ਨਹੀਂ ਦਿੱਤਾ ਦੁਨੀਆ ਰਾਜਾ ਰਾਜਾ ਹੀਰਾ ਕਰਦੀ ਆ ਰਾਜਾ ਹੀਰਾ ਨਹੀਂ ਧੰਨਵਾਦ ਸਾਰੇ ਭਰਾਵਾਂ ਦਾ ਯਾਰ ਤੁਹਾਡੇ ਭਰਾਵਾਂ ਦਾ ਕਿਹਦੇ ਕੋ ਜੀ ਕਿੰਨੀ ਰੌਣਕ ਲੱਗੀ ਹੋਈ ਆ ਤੇ ਚਾਰ ਵੀਰੇ ਦੇਖ ਸਕਦੇ ਪੰਜਾਬੀ ਵਿੱਚ ਕੱਲੇ ਮਾਨਸਾਨ ਬਾਤ ਵੱਡੇ ਨੇ ਮੇਰੇ ਬੱਕਰੋ ਆਓ ਦਿਖਾਵੇ ਬੈਦੀ ਬਾਤ ਬੱਲੇ 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 ਲਓ ਜੀ ਫਾਈਨਲ ਮੈਚ ਚੱਲ ਰਿਹਾ ਤੇ ਦੇਖਦੇ ਆ ਕੀ ਫੈਸਲੇ ਹੋਣਗੇ ਜੱਸਾ ਕਿਤੇ ਖੜਾ ਯਾਰਾਂ ਦਾ ਯਾਰ ਧੰਨਵਾਦ ਆ ਸਾਰੇ ਵੀਰਾਂ ਦਾ ਬਜੀਤ ਬੈਠਾ ਫਾਈਨਲ ਮੈਚ ਚੱਲ ਰਿਹਾ ਜੀ ਲੋਕ ਚਾਰ ਚ ਫੇਰੇ ਬੈਠੇ ਆ ਦੇਖ ਸਕਦੇ ਹੋ ਚਾਰ ਚੁਫੇਰੇ ਗਰਾਊਂਡ ਭਰਿਆ ਪਿਆ ਜੀ ਦਰਸ਼ਕਾਂ ਨਾਲ ਪੂਰੀ ਰੌਣਕਾਂ ਫਾਈਨਲ ਕੌਣ ਜਿੱਤਦਾ ਕੌਣ ਬਣਦਾ ਸੀਰੀਜ਼ ਰਿਜ਼ਲਟ ਆਉਣ ਤੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਆਪਾਂ